हुकूमत ने कोशिश की थी कि कर रही है वो सोई हुकूमत ने गल करिए ते मदीने दफना दिए ते उन्होंने की कीता उन्होंने मदीने ने हुकूमत ते सोई की हुकूमत उन्होंने खत लिख दिया पाकिस्तानी हुकूमत ने कि भी सारा गवर्नर मरया और वसीयत सी के मैं जो मदीने दफन करना ते याद दे खत लिखिया आदि खत पहुंचना सी पुराना दौर सी वो खत जाना सी गल हो रही सी आदि की होया ओदा जिस्म बदबू मारन लगा मुंह जो बखाना भी आ रहा सी हर के भी पाकिस्तान दे गवर्नर ਅਲੇ ਗੁਲਾਮ ਮੁਹੰਮਦ ਨੂੰ ਅਮਾਨਤਨ ਇਸਾਈਆਂ ਦੇ ਕਬਰਸਤਾਨ ਦਫਨ ਕੀਤਾ ਸੋਈ ਦੀ ਹਕੂਮਤ ਜਿਵੇਂ ਇਜਾਜ਼ਤ ਦੇ ਕੇ ਇਹਨੂੰ ਕੱਢ ਕੇ ਉਧਰ ਲੈ ਜਾਵਾਂਗੇ ਜਦੋਂ ਦਫਨ ਕਰ ਦਿੱਤਾ ਉਧਰ ਅਪਰੂਵਲ ਆ ਗਿਆ ਇਜਾਜ਼ਤ ਨਾਮਾ ਮਿਲ ਗਿਆ ਵੀ ਲੈ ਆਓ ਇਹਨੂੰ ਦਫਨ ਕਰਨ ਨੂੰ ਜਗ੍ਹਾ ਦੇ ਦੇਣੇ ਆ ਤੇ ਜਦੋਂ ਇਜਾਜ਼ਤ ਨਾਮਾ ਆਇਆ ਤੇ ਗੋਰੇ ਦੇ ਕਬਰਸਤਾਨ ਦੇ ਡਾਕਟਰ ਵੀ ਪੁਲਿਸ ਸਾਰੇ ਵੀ ਇਕੱਠੇ ਹੋ ਕੇ ਗਏ ਵੀ ਇਹਦੀ ਲਾਸ਼ ਨੂੰ ਫੜੀਏ ਜਦੋਂ ਉਹ ਗਏ ਕਬਰਸਤਾਨ ਤੇ ਕਬਰ ਖੋਲੀ ਅੰਦਰ ਵੇਖਿਆ ਸਭ ਦੇ ਸਭ ਇੱਕ ਬਹੁਤ ਵੱਡਾ ਸਾਰਾ ਸਭ ਉਸ ਮਲੇ ਪਾਕਿਸਤਾਨ ਦੇ ਗਵਰਨਰ ਜਿਹੜਾ ਸੀ ਉਹਦੇ ਜਿਸਮ ਨੂੰ ਬਲੇਟ ਕੇ ਬੈਠਾ ਅਨੇ ਕੋ ਹਣ ਕੀ ਕਰੀ ਉਹਨੇ ਬੜਿਆ ਨਸਾਨ ਡੰਡੇ ਛੱਡੇ ਮਾਰੇ ਉਹਨਾਂ ਦੱਸਿਆ ਉਹਦੇ ਪੁਲਿਸ ਵਾਲੇ ਨੇ ਖਲੋ ਕੇ 6 ਗੋਲੀਆਂ ਖਤਮ ਮਾਰੀ ਵੱਡਾ ਸਭ ਸੀ ਅੰਦਾਜ਼ 6 ਗੋਲੀਆਂ ਨੂੰ ਮਾਰਿਆ ਕੁਝ ਵੀ ਨਾ ਹੋਇਆ ਤੇ ਡਾਕਟਰ ਮੌਜੂਦ ਸੀ ਉਹਨੇ ਕਿਹਾ ਸਾਡੇ ਕੋਲ ਇਹੋ ਜੀ ਜ਼ਹਿਰੀਲੀ ਗੈਸ ਹੈ ਅਗਰ ਖਬਰੇ ਛੱਡ ਦਈਏ ਤੇ ਇਹ ਜਿਹੜਾ ਸਭ ਹੈ ਉਸ ਗੈਸ ਨਾਲ ਮਰ ਜਾਏਗਾ ਇਹ ਜਿਹੜਾ ਸਭ ਹੈ ਮਰ ਜਾਏਗਾ 2 ਘੰਟੇ ਕਬਰ ਬੰਦ ਕਰ ਦੇਣੀ ਗੈਸ ਛੱਡ ਦੇਣੀ ਆ ਉਹਨੇ ਕਬਰ ਬੰਦ ਕੀਤੀ ਗੈਸ ਛੱਡ ਦਿੱਤੀ 2-3 ਘੰਟੇ ਕਬਰ ਬੰਦ ਰਹੀ ਜਦੋਂ ਫਿਰ ਕਬਰ ਖੋਦੀ ਤੇ ਸਭ ਕੋਮੇ ਨਾ ਉਹਨੇ ਹੀ ਬੈਠੇ ਉਹਨੇ ਉੱਥੇ ਹੀ ਮੁੰਡੇ ਉਹਦੇ ਮਿੱਟੀ ਕਾ ਸੁੱਟ ਕੇ ਨਾ ਬੰਦ ਕਰ ਦਿੱਤਾ ਉਹਨੇ ਕਿਹਾ ਛੱਡੋ ਇਹਨੂੰ ਕੀ ਲੈ ਕੇ ਜਾਣਾ ਇੱਥੇ ਹੀ ਮੁਸਲਮਾਨਾਂ ਦੇ ਕਬਰਸਤਾਨ ਹੈ ਜਿਹੜੀ ਜਗ੍ਹਾ ਵੀ ਨਹੀਂ ਮਿਲੀ ਮਦੀਨੇ ਦੇ ਦੂਰ ਦੀ ਗੱਲ ਹੈ ਇੱਥੇ ਪਾਕਿਸਤਾਨ ਵਿੱਚ ਤਾਂ ਮੁਸਲਮਾਨਾਂ ਦੇ ਕਬਰਸਤਾਨ ਦੀ ਜਗ੍ਹਾ ਨਹੀਂ ਮਿਲੀ ਕਿ ਸਹੀਆਂ ਦੇ ਕਬਰਸਤਾਨ ਵਿੱਚ ਅੱਜ ਵੀ ਉਹਦੀ ਕਬਰ ਮੌਜੂਦ ਹੈ ਜਿਹੜੇ ਨਬੀ ਦੇ ਦੀਨ ਨਾਲ ਗੱਤਾਲੀ ਕਰੇ ਹੋਦੀ ਨਹੀਂ ਜਿਹੜੇ ਨਾਮੂ ਸੇ ਰਿਸਾਲਤ ਦੇ ਪਹਿਰੇਦਾਰਾਂ ਤੇ ਗੋਲੀ ਚਲਾਣ ਦਾ ਆਰਡਰ ਦਿੱਤਾ ਤੁਸੀਂ ਸੋਚੋ ਕਿ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਦੱਸੋ ਵਾਸਤੇ ਉਹਨਾਂ ਦੀ ਹਾਂ ਉਹ ਜ਼ਲੀਲ ਤੇ ਸ਼ੁਰੂ ਹੋ ਗਏ ਉਸ ਦੱਸੋ ਸਾਡੇ ਬਾਬਾ ਜੀ ਫਰਮਾਇਆ ਨਹੀਂ ਸੀ ਇਹ ਵੀ ਰੋਣਗੇ ਇਹਨਾਂ ਦੀ ਨਸਲਾਂ ਵੀ ਰੋਣਗੇ ਆ ਕੇ ਨਹੀਂ ਸੀ ਬਾਬਾ ਜੀ ਕੱਲੇ ਆ ਕੇ ਤੇ ਰੋ ਰਹੇ ਨੇ ਔਰ ਰੋਣੇ ਉਹ ਜਿਹੜੇ ਸਾਨੂੰ ਅਦਾਲਤਾਂ 'ਚ ਲੈ ਗਏ ਪੱਚੇ 5.5 ਦੇ ਸਾਨੂੰ ਨਬੀ ਦੇ ਨਾਮ ਦੇ ਇਹ ਸੋਹਣਾ ਮੇਰੇ ਦੁੱਖ ਵਿੱਚ ਰਾਜ਼ੀ ਤੇ ਸੁੱਖ ਵਿੱਚ ਮੈਂ ਚੁੱਲੇ ਮਾਰਾਂ ਤੇ ਮਾਲਕ ਰਾਜ਼ੀ ਹੋ ਮੈਂ ਸਾਡਾ ਤੇ ਸੀ ਅਸੀਂ ਤੇ ਹੱਥ ਕਰੀ ਵੀ ਲਵਾਈ ਤਾਂ ਸਵਾਲ ਲੇਕਿਨ ਇਮਰਾਨ ਦੀ ਪਾਰਟੀ ਵੀ ਕੱਲ ਪਰਸੋ ਦਹਿਸ਼ਤ ਕਰਦੀ ਅਦਾਲਤ ਦੇ ਗਈ ਬੈਠੀ ਸੀ ਲੇਕਿਨ ਉਹਨਾਂ ਦੀ ਪਾਰਟੀ ਉਹਦੇ ਪਰਚੇ ਨਬੀ ਦੇ ਨਾਮ ਦੇ ਨਹੀਂ ਸਨ ਇਮਰਾਨ ਦੇ ਨਾਮ ਦੇ ਸਨ ਉਹਨਾਂ ਦੇ ਪਰਚੇ ਜਿਹੜੇ ਸਨ ਉਹ ਜੀ ਨਾਮੂਸ ਰਿਸਾਲਤ ਦੇ ਉੱਤੇ ਪਹਿਰੇਦਾਰੀ ਵਾਸਤੇ ਨਹੀਂ ਸਨ ਪਾਕਿਸਤਾਨ ਨੇ ਚੀਜ਼ਾਂ ਪਾਕਿਸਤਾਨ ਦੇ ਉੱਤੇ ਅਕਲ ਤਫਰੀ ਦੇ ਦਹਿਸ਼ਤ ਕਰਦੀ ਫੈਲਾਣ ਦੇ ਉਹਨਾਂ ਦੇ ਪਰਚੇ ਹੋਏ ਸਾਡੇ ਉੱਤੇ ਪਰਚੇ ਨਬੀ ਦੇ ਨਾਮ ਦੇ ਹੋਏ ਉਹਨਾਂ ਉੱਤੇ ਪਰਚੇ ਹੋਏ ਦੁਨੀਆਦਾਰੀ ਦੇ ਸਸੀ ਦੇ ਖੁਸ਼ ਕਿਸਮਤ ਲੋਕ ਆਏ ਨਸੀਬ ਨਸੀਬ ਦੀ ਗੱਲ ਹੈ ਰੱਬ ਨੇ ਸਾਡੇ ਨਸੀਬਾਂ ਵਿੱਚ ਨਬੀ ਦੀ ਗੁਲਾਮੀ ਲਿਖੀ ਹੈ ਤੇ ਦੁਨੀਆਦਾਰਾਂ ਦੇ ਕਿਸੇ ਕਮੀਨੇ ਦੀ ਗੁਲਾਮੀ ਕਿਸੇ ਦੇ ਨਸੀਬ ਦੇ ਵਿੱਚ ਇਮਰਾਨ ਦੀ ਗੁਲਾਮੀ ਹੈ ਨਵਾਜ਼ ਦੀ ਗੁਲਾਮੀ ਹੈ ਜ਼ਰਦਾਰੀ ਦੀ ਗੁਲਾਮੀ ਹੈ ਉਹ ਸਾਡੇ ਗਾਟੇ ਨਾ ਲੱਗਿਆ ਕਰੇ ਉਹ ਰੱਬ ਦੇ ਅੱਗੇ ਰੋਇਆ ਕਰੇ ਕਿ ਯਾ ਅੱਲਾ ਮੈਨੂੰ ਵੀ ਆਪਣੇ ਮਹਬੂਬ ਦੀ ਗੁਲਾਮੀ ਕਰਤਾ ਉਹ ਸਾਡੇ ਗਾਟੇ ਨਾ ਲੱਗੇ ਇਸ ਵੇਲੇ ਤੂੰ ਆਓ 70-74 ਸਾਲ ਹੋਣ ਵਾਲੇ ਸਾਰੇ ਨੂੰ ਅਜ਼ਮਾ ਬੈਠੇ ਹੋ ਇੱਕ ਵਾਰੀ ਤੁਸੀਂ ਪੱਲਾ ਵੀ ਵੇਖ ਲਿਆ ਸ਼ੇਰ ਵੀ ਵੇਖ ਲਿਆ ਤੀ